ਸਤਿ ਸ਼੍ਰੀ ਅਕਾਲ ਜੀ। ਵਿਰਾਸਤ ਟੀਵੀ ਵੇਖਣ ਵਾਲੇ ਦੇਸ਼ ਦੁਨੀਆ ਦੇ ਸਾਡੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ। ਕੈਨੇਡਾ ਨਿਊਜ਼ ਦੇ ਇਸ ਬੁਲੇਟਿਨ ਦੇ ਨਾਲ ਮੈਂ ਨਿਸ਼ੂ ਹਾਜ਼ਰ ਹਾਂ। ਇਸ ਬੁਲੇਟਿਨ ਦੇ ਸਪੋਂਸਰ ਨੇ ਦੁਆਬਾ ਸਵੀਟਸ ਐਂਡ ਰੈਸਟੋਰੈਂਟਸ, ਦਰਕਾਰ ਲੌਜਿਸਟਿਕ। ਹਾਈਵੇ 401 'ਤੇ 3 ਵਾਹਨਾਂ ਦੀ ਟੱਕਰ ਵਿੱਚ 2 ਬੱਚਿਆਂ ਸਮੇਤ 6 ਜ਼ਖਮੀ, ਹੌਸਪੀਟਲ 'ਚ ਭਰਤੀ। ਟੋਰਾਂਟੋ ਵਿੱਚ ਹਾਈਵੇ 401 'ਤੇ 3 ਵਾਹਨਾਂ ਦੀ ਟੱਕਰ ਵਿੱਚ 2 ਬੱਚਿਆਂ ਸਮੇਤ 6 ਲੋਕ ਜ਼ਖਮੀ ਹੋ ਗਏ ਨੇ ਅਤੇ ਹੌਸਪੀਟਲ ਵਿੱਚ ਦਾਖਲ ਨੇ। ਇੱਕ ਵਿਅਕਤੀ ਉੱਤੇ ਚਾਰਜਸ ਲਗਾਏ ਗਏ ਨੇ। ਓਨਟਾਰੀਓ ਪੁਲਿਸ ਨੇ ਦੱਸਿਆ ਹੈ ਕਿ ਇਹ ਘਟਨਾ ਐਵੇਨਿਊ ਰੋਡ ਦੇ ਵੈਸਟ ਵਿੱਚ ਮਸ਼ਰੂਫ ਹਾਈਵੇ ਦੇ ਵੈਸਟ ਬਾਊਂਡ ਕਲੈਕਟਰ ਲਾਈਨ ਵਿੱਚ ਰਾਤ ਕਰੀਬ 11:30 ਵਜੇ ਵਾਪਰੀ ਹੈ। ਟੋਰਾਂਟੋ ਪੈਰਾਮੈਡਿਕਸ ਸਰਵਿਸਿਜ਼ ਨੇ ਦੱਸਿਆ ਹੈ ਕਿ ਉਹਨਾਂ ਨੇ 5 ਲੋਕਾਂ ਨੂੰ ਕੱਢਿਆ। ਇੱਕ ਬਾਲਗ ਜ਼ਖਮੀ ਨੂੰ ਸਥਿਰ ਹਾਲਤ ਵਿੱਚ ਟਰਾਮਾ ਸੈਂਟਰ ਲਿਜਾਇਆ ਗਿਆ, ਜਦੋਂ ਕਿ 4 ਹੋਰਾਂ ਨੂੰ ਜਾਂਚ ਲਈ ਸਥਾਨਕ ਹੌਸਪੀਟਲ ਲਿਜਾਇਆ ਗਿਆ। ਪੈਰਾਮੈਡਿਕਸ ਨੇ ਦੱਸਿਆ ਹੈ ਕਿ ਉਹਨਾਂ ਵਿੱਚੋਂ 2 ਜ਼ਖਮੀ ਬੱਚੇ ਸੀ। ਇਸ ਦੁਰਘਟਨਾ ਕਾਰਨ ਐਵੀਨਿਊ ਅਤੇ ਏਲਨ ਰੋਡ ਵੈਸਟ ਬਾਊਂਡ ਕਲੈਕਟਰ ਲਾਈਨ ਕਈ ਘੰਟਿਆਂ ਤੱਕ ਬੰਦ ਰਹੀ ਹੈ। ਉਹਨਾਂ ਲਾਈਨ ਅਤੇ ਆਸ ਪਾਸ ਦੇ ਰੈਂਪ ਨੂੰ ਫਿਰ ਤੋਂ ਖੋਲ੍ਹ ਦਿੱਤਾ ਗਿਆ। OPP ਨੇ ਦੱਸਿਆ ਹੈ ਕਿ ਟੋਰਾਂਟੋ ਦਾ 39 ਸਾਲਾ ਵਿਅਕਤੀ ਜੋ ਇੱਕ ਵਾਹਨ ਚਲਾ ਰਿਹਾ ਸੀ, ਉਸਦੇ ਲਾਪਰਵਾਹੀ ਨਾਲ ਵਾਹਨ ਚਲਾਉਣ ਦਾ ਚਾਰਜਿਸ ਹੈ। ਨਾਲ ਹੀ ਅਪਰਾਧਿਕ ਸੰਹਿਤਾ ਤਹਿਤ ਪਾਬੰਦੀ ਸ਼ੁਦਾ ਹੋਣ ਦੇ ਬਾਵਜੂਦ ਵਾਹਨ ਚਲਾਉਣ ਦਾ ਵੀ ਚਾਰਜਿਸ ਹੈ। ਪੁਲਿਸ ਨੇ ਦੱਸਿਆ ਕਿ ਉਸਦਾ ਵਾਹਨ 45 ਦਿਨਾਂ ਲਈ ਜ਼ਬਤ ਕਰ ਲਿਆ ਗਿਆ ਅਤੇ ਉਸਨੂੰ ਬਾਅਦ ਵਿੱਚ ਦੋਸ਼ੀਆਂ ਦਾ ਸਾਹਮਣਾ ਕਰਨ ਲਈ ਅਦਾਲਤ ਵਿੱਚ ਪੇਸ਼ ਹੋਣਾ ਹੈ। ਡਫਰਿਨ ਗਰੋਵ ਦੇ ਘਰ ਵਿੱਚ ਲੱਗੀ ਅੱਗ ਦੌਰਾਨ ਔਰਤ ਦੀ ਮੌਤ, 4 ਹੋਰ ਝੁਲਸੇ। ਟੋਰਾਂਟੋ ਡਫਰਿਨ ਗਰੋਵ ਖੇਤਰ ਦੀ ਇੱਕ ਘਰ ਵਿੱਚ ਰਾਤ ਸਮੇਂ ਸ਼ੱਕੀ ਹਾਲਾਤਾਂ 'ਚ ਬੇਸਮੈਂਟ ਵਿੱਚ ਅੱਗ ਲੱਗ ਗਈ ਹੈ। ਇਸ ਦੌਰਾਨ ਇੱਕ ਔਰਤ ਦੀ ਮੌਤ ਹੋ ਗਈ ਹੈ ਅਤੇ 4 ਹੋਰਾਂ ਨੂੰ ਹੌਸਪੀਟਲ ਲਿਜਾਇਆ ਗਿਆ। ਕਾਲਜ ਸਟਰੀਟ ਅਤੇ ਡੋਵਰ ਕੋਰਟ ਰੋਡ ਕੋਲ 140 ਰਸ਼ੋਲਮੀ ਰੋਡ 'ਤੇ ਇੱਕ 2 ਮੰਜ਼ਿਲਾ ਘਰ ਵਿੱਚ ਅੱਧੀ ਰਾਤ ਤੋਂ ਬਾਅਦ ਅੱਗ ਲੱਗ ਗਈ ਹੈ। ਐਮਰਜੈਂਸੀ ਦਲ ਨੇ ਕਾਰਵਾਈ ਕੀਤੀ ਹੈ। ਫਾਇਰ ਕਰਮੀ ਘਰ ਵਿੱਚੋਂ ਧੂੰਆਂ ਨਿਕਲਦਾ ਦੇਖ ਕੇ ਪਹੁੰਚੇ ਨੇ। ਟੋਰਾਂਟੋ ਫਾਇਰ ਚੀਫ ਮੈਥਿਊ ਪੈਗ ਨੇ ਇੱਕ ਸੋਸ਼ਲ ਮੀਡੀਆ 'ਤੇ ਇੱਕ ਪੋਸਟ ਵਿੱਚ ਲਿਖਿਆ ਹੈ ਕਿ ਸੱਚ ਅਤੇ ਬਚਾਅ ਮੁਹਿੰਮ ਦੌਰਾਨ ਘਰ ਅੰਦਰ 2 ਲੋਕਾਂ ਨੂੰ ਪਾਇਆ ਗਿਆ, ਜਿਨ੍ਹਾਂ ਨੂੰ ਤੁਰੰਤ ਬਚਾਇਆ ਗਿਆ ਹੈ ਅਤੇ ਤਬਦੀਲ ਕੀਤਾ ਗਿਆ ਹੈ। ਦੁੱਖ ਦੀ ਗੱਲ ਇਹ ਹੈ ਕਿ ਇੱਕ ਦੀ ਮੌਤ ਹੋ ਗਈ ਹੈ ਅਤੇ ਦੂਜੇ ਨੂੰ ਗੰਭੀਰ ਹਾਲਤ ਵਿੱਚ ਹੌਸਪੀਟਲ ਲਿਜਾਇਆ ਗਿਆ ਹੈ। ਟੋਰਾਂਟੋ ਪੈਰਾਮੈਡਿਕਸ ਸਰਵਿਸਿਸ ਨੇ ਕਿਹਾ ਹੈ ਕਿ ਘਰ ਵਿੱਚੋਂ 5 ਬਾਲਗਾਂ ਨੂੰ ਕੱਢਿਆ ਗਿਆ ਹੈ। ਘਟਨਾ ਸਥਾਨ 'ਤੇ ਹੀ ਇੱਕ ਔਰਤ ਦੀ ਮੌਤ ਹੋ ਗਈ ਹੈ, ਜਦੋਂ ਕਿ ਇੱਕ ਵਿਅਕਤੀ ਨੂੰ ਗੰਭੀਰ ਹਾਲਤ ਵਿੱਚ ਹੌਸਪੀਟਲ ਲਿਜਾਇਆ ਗਿਆ, 3 ਹੋਰ ਨੂੰ ਮਾਮੂਲੀ ਸੱਟਾਂ ਨਾਲ ਹੌਸਪੀਟਲ ਲਿਜਾਇਆ ਗਿਆ ਹੈ। ਟੋਰਾਂਟੋ ਪੁਲਿਸ ਨੇ ਕਿਹਾ ਹੈ ਕਿ ਮਰਨ ਵਾਲੀ ਔਰਤ ਦੀ ਪਹਿਚਾਣ ਬਾਰੇ ਕੋਈ ਹੋਰ ਇਨਫੋਰਮੇਸ਼ਨ ਜਾਰੀ ਨਹੀਂ ਕੀਤੀ ਗਈ ਹੈ। ਕੈਨੇਡਾ 'ਚ ਆਏ ਵਿਜ਼ਿਟਰ ਹੁਣ ਨਹੀਂ ਲੈ ਸਕਣਗੇ ਵਰਕ ਪਰਮਿਟ। ਕੈਨੇਡਾ ਵਿੱਚ ਆਉਣ ਵਾਲੇ ਵਿਜ਼ਿਟਰ ਹੁਣ ਕੈਨੇਡਾ ਵਿੱਚ ਰਹਿੰਦੇ ਹੋਏ ਵਰਕ ਪਰਮਿਟ ਨਹੀਂ ਲੈ ਸਕਣਗੇ। ਕੈਨੇਡੀਅਨ ਗਵਰਨਮੈਂਟ ਵੱਲੋਂ ਇਸ ਪਾਲਿਸੀ ਨੂੰ ਖਤਮ ਕਰ ਦਿੱਤਾ ਗਿਆ ਹੈ। ਦੱਸਣਯੋਗ ਹੈ ਕਿ ਅਗਸਤ 2020 ਦੌਰਾਨ ਕੈਨੇਡੀਅਨ ਗਵਰਨਮੈਂਟ ਨੇ ਕੋਵਿਡ ਦੇ ਸਮੇਂ ਦੌਰਾਨ ਇਹ ਪਾਲਿਸੀ ਲਿਆਂਦੀ ਸੀ। ਇਸ ਪਾਲਿਸੀ ਅਧੀਨ ਕੈਨੇਡਾ ਆਏ ਹੋਏ ਵਿਜ਼ਿਟਰ ਜੋ ਕਿ ਉਡਾਣਾ ਬੰਦ ਹੋਣ ਦੇ ਚੱਲਦਿਆਂ ਵਾਪਸ ਨਹੀਂ ਜਾ ਸਕਦੇ ਸੀ, ਲਈ ਵਰਕ ਪਰਮਿਟ ਲੈ ਸਕਦੇ ਸੀ। ਇਮੀਗ੍ਰੇਸ਼ਨ ਮਾਹਰਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਇਸ ਪਾਲਿਸੀ ਤਹਿਤ ਜੇਕਰ ਕਿਸੇ ਵਿਅਕਤੀ ਕੋਲ ਵਿਜ਼ਿਟਰ ਸਟੇਟਸ ਹੁੰਦਾ ਸੀ ਤਾਂ ਉਹ ਬਾਰਡਰ 'ਤੇ ਜਾ ਕੇ ਵਰਕ ਪਰਮਿਟ ਹਾਸਲ ਕਰ ਸਕਦਾ ਸੀ। ਇਸ ਪਾਲਿਸੀ ਤਹਿਤ ਬਾਰਡਰ 'ਤੇ ਜਾ ਕੇ ਬਿਨੈਕਾਰ ਨੂੰ ਉਸ ਦਿਨ ਹੀ ਵਰਕ ਪਰਮਿਟ ਹਾਸਲ ਹੋ ਸਕਦਾ ਸੀ, ਜਦਕਿ ਕਿਸੇ ਹੋਰ ਦੇਸ਼ ਵਿੱਚੋਂ ਵਰਕ ਪਰਮਿਟ ਦੀ ਅਰਜ਼ੀ ਲਗਾਉਣ ਵਾਲੇ ਬਿਨੈਕਾਰ ਦੀ ਉਡੀਕ ਲੰਬੀ ਹੋ ਜਾਂਦੀ ਹੈ।
ਇਹ ਪਾਲਿਸੀ 28 ਫਰਵਰੀ 2025 ਤੱਕ ਚੱਲਣੀ ਸੀ ਪਰ ਇਸ ਨੂੰ ਮਿਆਦ ਤੋਂ ਪਹਿਲਾਂ ਹੀ ਖਤਮ ਕਰ ਦਿੱਤਾ ਗਿਆ ਹੈ। ਇਸ ਪਾਲਿਸੀ ਦਾ ਐਲਾਨ ਕਰਦਿਆਂ ਸਾਬਕਾ ਇਮੀਗ੍ਰੇਸ਼ਨ ਮਿਨਿਸਟਰ ਮਾਰਕੋ ਨੇ ਕੈਨੇਡਾ ਵਿਚਲੇ ਨੌਕਰੀਦਾਤਿਆਂ ਨੂੰ ਲੋੜੀਂਦੇ ਕਰਮਚਾਰੀਆਂ ਦੀ ਭਰਤੀ ਵਿੱਚ ਆ ਰਹੀਆਂ ਚੁਣੌਤੀਆਂ ਦੀ ਗੱਲਬਾਤ ਕੀਤੀ ਸੀ। ਗੌਰਮੈਂਟ ਵੱਲੋਂ ਇਸ ਪਾਲਿਸੀ ਨੂੰ ਲਿਆਉਣ ਸਮੇਂ ਕੈਨੇਡਾ ਵਿੱਚ ਆਏ ਕੁਝ ਸੈਲਾਨੀਆਂ ਕੋਲੋਂ ਆਪਣੇ ਹੁਨਰ ਦਾ ਯੋਗਦਾਨ ਦੇਣ ਦੀ ਗੱਲ ਆਖੀ ਗਈ ਸੀ। ਇਸ ਪਾਲਿਸੀ ਅਧੀਨ ਵਰਕ ਪਰਮਿਟ ਲੈਣ ਵਾਲੇ ਵਿਅਕਤੀ ਕੋਲ ਅਰਜ਼ੀ ਦੇਣ ਲਈ ਵੈਲਿਡ ਸਟੇਟਸ, ਲੇਬਰ ਮਾਰਕੀਟ ਇੰਪੈਕਟ ਅਸੈਸਮੈਂਟ ਬੇਸਡ ਜੋਬ ਆਫਰ ਹੋਣਾ ਚਾਹੀਦਾ ਸੀ। ਗੌਰਮੈਂਟ ਦੀ ਇਹ ਪਾਲਿਸੀ ਉੱਪਰ ਕਾਫੀ ਲੋਕਾਂ ਵੱਲੋਂ ਸਵਾਲ ਵੀ ਚੁੱਕੇ ਗਏ ਸੀ ਕਿਉਂਕਿ ਵਿਜ਼ਿਟਰ ਦੀ ਅਰਜ਼ੀ ਦੇਣ ਸਮੇਂ ਬਿਨੈਕਾਰ ਕੈਨੇਡਾ ਤੋਂ ਵਾਪਸ ਆਪਣੇ ਦੇਸ਼ ਜਾਣ ਦੀ ਗੱਲ ਸਿੱਧ ਕਰਦਾ ਹੈ। ਪਰ ਦੂਸਰੇ ਪਾਸੇ ਗੌਰਮੈਂਟ ਆਏ ਹੋਏ ਵਿਜ਼ਿਟਰਸ ਨੂੰ ਵਰਕ ਪਰਮਿਟ ਦੇਣ ਲਈ ਪਾਲਿਸੀ ਲਿਆ ਰਹੀ ਸੀ। ਇਸ ਤੋਂ ਪਹਿਲਾਂ ਕੈਨੇਡਾ ਦੇ ਇਮੀਗ੍ਰੇਸ਼ਨ ਮਿਨਿਸਟਰ ਮਾਰਕ ਮਿਲਨ ਨੇ ਜਨਵਰੀ ਵਿੱਚ ਨਵੇਂ ਦਾਖਲਿਆਂ 'ਤੇ 2 ਸਾਲਾਂ ਦੀ ਕੈਪ ਲਗਾ ਕੇ ਇੰਟਰਨੈਸ਼ਨਲ ਸਟੂਡੈਂਟਸ ਦੀ ਗਿਣਤੀ ਨੂੰ ਘਟਾਉਣ ਦੀਆਂ ਯੋਜਨਾਵਾਂ ਦਾ ਵੀ ਐਲਾਨ ਕੀਤਾ ਸੀ। ਪੀਐਮ ਜਸਟਿਨ ਟਰੂਡੋ ਨੇ ਹਾਲ ਹੀ ਵਿੱਚ ਐਲਾਨ ਕੀਤਾ ਹੈ ਕਿ ਫੈਡਰਲ ਗੌਰਮੈਂਟ ਕੈਨੇਡਾ ਵਿੱਚ ਅਸਥਾਈ ਵਿਦੇਸ਼ੀ ਕਾਮਿਆਂ ਦੀ ਗਿਣਤੀ ਨੂੰ ਘਟਾਵੇਗੀ। ਟੋਰਾਂਟੋ 'ਚ ਟੈਰੋਰਿਸਟ ਦੀ ਕੋਸ਼ਿਸ਼ ਦੇ ਮੁਲਜ਼ਮ ਦੀ ਨਾਗਰਿਕਤਾ ਮਿਲਣ ਤੋਂ ਪਹਿਲਾਂ ਹੋਈ ਸੀ 2 ਵਾਰ ਸਕ੍ਰੀਨਿੰਗ। ਟੋਰਾਂਟੋ 'ਚ ਹਮਲੇ ਦੀ ਸਾਜ਼ਿਸ਼ ਰਚਨ ਦਾ ਦੋਸ਼ੀ ਪਿਤਾ ਇਸ ਸਾਲ ਦੇ ਸ਼ੁਰੂ ਵਿੱਚ ਕੈਨੇਡੀਅਨ ਸਿਟੀਜ਼ਨਸ਼ਿਪ ਮਿਲਣ ਤੋਂ ਪਹਿਲਾਂ 2 ਰਾਸ਼ਟਰੀ ਸੁਰੱਖਿਆ ਜਾਂਚਾਂ ਵਿੱਚੋਂ ਗੁਜ਼ਰਿਆ ਸੀ। ਪਰ ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ 2015 ਦੀ ਇੱਕ ਵੀਡੀਓ ਵਿੱਚ ਜਿਸ ਵਿੱਚ ਉਸਨੂੰ ਕਥਿਤ ਤੌਰ 'ਤੇ ਵਿਦੇਸ਼ਾਂ ਵਿੱਚ ਇੱਕ ਹਿੰਸਕ ਟੈਰੋਰਿਸਟ ਹਮਲੇ 'ਚ ਹਿੱਸਾ ਲੈਂਦੇ ਹੋਏ ਦੇਖਿਆ ਗਿਆ, ਉਹ ਉਸ ਸਮੇਂ ਅਧਿਕਾਰੀਆਂ ਕੋਲ ਉਪਲਬਧ ਨਹੀਂ ਸੀ। ਕੈਨੇਡਾ ਬਾਰਡਰ ਸਰਵਿਸਿਜ ਏਜੰਸੀ ਦੇ ਅੰਤਰਿਮ ਪ੍ਰੈਜ਼ੀਡੈਂਟ ਟੈਡ ਗਲੀਵਨ ਨੇ ਹਾਊਸ ਆਫ ਕਾਮਨਸ ਦੀ ਲੋਕ ਸੁਰੱਖਿਆ ਕਮੇਟੀ ਨੂੰ ਦੱਸਿਆ ਕਿ 62 ਸਾਲ ਦਾ ਅਹਿਮਦ ਫੁਆਦ ਮੁਸਤਫਾ ਅਲਦੀ ਦੀ 2018 ਵਿੱਚ ਕੈਨੇਡਾ ਆਇਆ ਸੀ ਅਤੇ ਉਸਨੇ ਸ਼ਰਨ ਦਾ ਦਾਅਵਾ ਫਾਇਲ ਕੀਤਾ ਸੀ। ਇਸ ਸਾਲ ਮਈ ਵਿੱਚ ਉਸਨੂੰ ਕੈਨੇਡੀਅਨ ਸਿਟੀਜ਼ਨਸ਼ਿਪ ਮਿਲ ਗਈ ਸੀ। ਗਲੀਵਨ ਨੇ ਦੱਸਿਆ ਕਿ ਅਲਦੀਦੀ ਦੇ 26 ਸਾਲ ਦੇ ਪੁੱਤਰ ਮੁਸਤਫਾ ਅਲਦੀ ਦੀ, ਜੋ ਕਿ ਟੈਰੋਰਿਸਟ ਅਟੈਕ ਦੀ ਸਾਜ਼ਿਸ਼ ਵਿੱਚ ਦੂਸਰਾ ਮੁਲਜ਼ਮ ਹੈ, ਦੀ 1 ਵਾਰ ਸਕ੍ਰੀਨਿੰਗ ਹੋਈ ਸੀ। ਪਿਛਲੇ ਮਹੀਨੇ ਪੁਲਿਸ ਨੇ ਇਹਨਾਂ ਪਿਓ ਪੁੱਤਰਾਂ ਖਿਲਾਫ਼ 9 ਦੋਸ਼ ਆਇਦ ਕੀਤੇ ਨੇ ਜਿਨ੍ਹਾਂ ਵਿੱਚ ਸੁੰਨੀ ਟੈਰੋਰਿਸਟ ਸੰਗਠਨ ਇਸਲਾਮਿਕ ਸਟੇਟ ਦੇ ਨਿਰਦੇਸ਼ਕਾਂ 'ਤੇ ਕਤਲ ਅੰਜਾਮ ਦੇਣ ਦੀ ਸਾਜ਼ਿਸ਼ ਦੇ ਦੋਸ਼ ਵੀ ਸ਼ਾਮਿਲ ਨੇ। ਜਦੋਂ ਪੁਲਿਸ ਨੇ ਪਿਛਲੇ ਮਹੀਨੇ ਇਹਨਾਂ ਦੋਵਾਂ ਦੀ ਗ੍ਰਿਫਤਾਰੀ ਬਾਰੇ ਐਲਾਨ ਕੀਤਾ ਸੀ ਤਾਂ ਦੱਸਿਆ ਸੀ ਕਿ ਇਹ ਟੋਰਾਂਟੋ ਵਿੱਚ ਇੱਕ ਹਿੰਸਕ ਹਮਲੇ ਨੂੰ ਅੰਜਾਮ ਦੇਣ ਦੀ ਬਹੁਤ ਨਜ਼ਦੀਕ ਸੀ। ਅਧਿਕਾਰੀਆਂ ਦਾ ਕਹਿਣਾ ਹੈ ਕਿ ਪਿਓ, ਜਿਸ ਕੋਲ ਕੈਨੇਡੀਅਨ ਸਿਟੀਜ਼ਨਸ਼ਿਪ ਹੈ, ਉੱਪਰ 2015 'ਚ ਇਸਲਾਮਿਕ ਸਟੇਟ ਦੇ ਕਹਿਣ 'ਤੇ ਕੈਨੇਡਾ ਤੋਂ ਬਾਹਰ ਕੀਤੇ ਇੱਕ ਭਿਆਨਕ ਅਟੈਕ ਕਰਨ ਦਾ ਦੋਸ਼ ਹੈ। ਪੁਲਿਸ ਅਨੁਸਾਰ ਉਸਦੇ ਪੁੱਤਰ ਕੋਲ ਕੈਨੇਡੀਅਨ ਸਿਟੀਜ਼ਨਸ਼ਿਪ ਨਹੀਂ ਹੈ। ਇਸ ਕੇਸ ਨੇ ਕੈਨੇਡਾ ਦੀ ਇਮੀਗ੍ਰੇਸ਼ਨ ਅਤੇ ਸਕ੍ਰੀਨਿੰਗ ਪ੍ਰਕਿਰਿਆਵਾਂ ਬਾਰੇ ਚਿੰਤਾਵਾਂ ਪੈਦਾ ਕੀਤੀਆਂ ਨੇ। ਹਾਊਸ ਕਮੇਟੀ ਨੂੰ ਪ੍ਰਦਾਨ ਕੀਤੇ ਘਟਨਾਕ੍ਰਮ ਦੇ ਵੇਰਵਿਆਂ ਅਨੁਸਾਰ ਜਦੋਂ ਪਿਤਾ 2018 'ਚ ਇਮੀਗ੍ਰੇਸ਼ਨ ਅਧਿਕਾਰੀਆਂ ਨੂੰ ਮਿਲਿਆ ਸੀ ਤਾਂ ਉਸਦੀ ਫਾਈਲ 'ਤੇ ਇੱਕ ਜੋਖਮ ਸੂਚਕ ਲਾਇਆ ਗਿਆ ਜਿਹੜਾ ਇੰਟਰਵਿਊ ਦੌਰਾਨ ਹੱਲ ਹੋ ਗਿਆ ਸੀ। ਡਾਕੂਮੈਂਟਸ ਵਿੱਚ ਕਿਹਾ ਗਿਆ ਹੈ ਕਿ ਇਮੀਗ੍ਰੇਸ਼ਨ ਸਕ੍ਰੀਨਿੰਗ ਪ੍ਰੋਗਰਾਮ ਦੀ ਅਖੰਡਤਾ ਦੀ ਰੱਖਿਆ ਕਰਨ ਲਈ ਜੋਖਮ ਸੂਚਕਾਂ ਦਾ ਖੁਲਾਸਾ ਨਹੀਂ ਕੀਤਾ ਜਾ ਸਕਦਾ ਹੈ। ਜੈਸਪਰ ਦੀ ਜੰਗਲੀ ਅੱਗ ਕਾਰਨ $880 ਮਿਲੀਅਨ ਦਾ ਨੁਕਸਾਨ।
ਇੰਸ਼ੋਰੈਂਸ ਬਿਊਰੋ ਆਫ ਕੈਨੇਡਾ ਮੁਤਾਬਕ ਜੈਸਪਰ ਵਿੱਚ ਜੰਗਲ ਦੀ ਅੱਗ ਨਾਲ ਹੋਏ ਬੀਮਾ ਯੁਕਤ ਨੁਕਸਾਨ ਦੀ ਰਾਸ਼ੀ 880 million dollars ਅਨੁਮਾਨੀ ਗਈ ਹੈ। ਇੰਸ਼ੋਰੈਂਸ ਬਿਊਰੋ ਅਨੁਸਾਰ ਇਹ ਹੁਣ ਤੱਕ ਦੀ ਕੈਨੇਡਾ ਦੀ 9ਵੀਂ ਸਭ ਤੋਂ ਮਹਿੰਗੀ ਕੁਦਰਤੀ ਆਫ਼ਤ ਸਾਬਤ ਹੋਈ ਹੈ ਅਤੇ ਨੈਸ਼ਨਲ ਪਾਰਕ ਦੇ ਇਤਿਹਾਸ ਵਿੱਚ ਹੁਣ ਤੱਕ ਦਾ ਸਭ ਤੋਂ ਮਹਿੰਗਾ ਇੰਸ਼ੋਰੈਂਸ ਵਧਾਰਾ ਹੈ। ਬਿਊਰੋ ਦੇ ਡਾਇਰੈਕਟਰ ਰੌਬ ਡੀ ਪੁਈ ਨੇ ਕਿਹਾ ਹੈ ਕਿ 1980s, 90s ਅਤੇ 2000 ਦੇ ਸ਼ੁਰੂਆਤੀ ਸਾਲਾਂ ਵਿੱਚ ਅੱਤ ਦੇ ਮੌਸਮ ਨਾਲ ਜੁੜੇ ਨੁਕਸਾਨਾਂ ਲਈ ਬਿਊਰੋ ਹਰ ਸਾਲ ਔਸਤਨ $1 million ਦਾ ਭੁਗਤਾਨ ਕਰਦਾ ਸੀ, ਪਰ ਪਿਛਲੇ ਇੱਕ ਦਹਾਕੇ ਦੌਰਾਨ ਇਹ ਰਾਸ਼ੀ $2 billion ਤੋਂ ਉੱਪਰ ਹੋ ਗਈ ਹੈ। $880 million ਦੇ ਬੀਮਾ ਯੁਕਤ ਨੁਕਸਾਨਾਂ ਵਿੱਚ ਘਰ, ਕਾਰੋਬਾਰ, ਉਹਨਾਂ ਦੀ ਸੰਪਤੀ ਅਤੇ ਵਾਹਨ ਸ਼ਾਮਲ ਨੇ। ਰੌਬ ਨੇ ਦੱਸਿਆ ਹੈ ਕਿ ਜੈਸਪਰ ਤੋਂ ਹੁਣ ਤੱਕ ਤਕਰੀਬਨ 2500 ਕਲੇਮ ਆਏ ਨੇ। ਜੈਸਪਰ ਦੇ ਕੌਂਸਲਰ ਰਿਕੋ ਨੇ ਦੱਸਿਆ ਹੈ ਕਿ ਕੁਝ ਰੈਜੀਡੈਂਟਸ ਹਵਾ ਦੇ ਦੂਸ਼ਿਤ ਹੋਣ ਬਾਰੇ ਚਿੰਤਤ ਨੇ। ਡੈਮੋਟਾ ਨੇ ਕਿਹਾ ਹੈ ਕਿ ਉਹ ਸਮਝਦੇ ਨੇ ਕਿ ਘਰ ਵਿੱਚ ਹਵਾ ਦਾ ਬੀਮਾ ਨਹੀਂ ਕੀਤਾ ਜਾ ਸਕਦਾ ਹੈ, ਪਰ ਜਿਸ ਪਰ ਨਿਵਾਸੀਆਂ ਦਾ ਕਹਿਣਾ ਹੈ ਕਿ ਜਦੋਂ ਹਵਾ ਵਿੱਚ ਦੂਸ਼ਿਤ ਕਣਾਂ ਦੀ ਗੱਲ ਆਉਂਦੀ ਹੈ ਤਾਂ ਬੀਮਾ ਕੰਪਨੀਆਂ ਦੀ ਕਵਰੇਜ ਵਿੱਚ ਅੰਤਰ ਹੁੰਦਾ ਹੈ। ਰੌਬ ਨੇ ਕਿਹਾ ਹੈ ਕਿ ਪ੍ਰਦੂਸ਼ਣ ਦੇ ਮਿਆਰਾਂ ਦੀ ਘਾਟ ਕਾਰਨ ਇਹ ਇੱਕ ਚੁਣੌਤੀ ਹੈ ਅਤੇ ਬੀਮਾ ਸੀਮਾਵਾਂ ਲੋਕਾਂ ਨੂੰ ਹਵਾ ਦੀ ਗੁਣਵੱਤਾ ਦੀ ਜਾਂਚ ਕਰਨ ਦੇ ਯੋਗ ਹੋਣ ਤੋਂ ਰੋਕ ਸਕਦੀਆਂ ਨੇ। ਗੁਣਵੱਤਾ ਦੀ ਜਾਂਚ ਕੁਝ ਟੈਸਟਿੰਗ $20,000 ਤੋਂ $25,000 ਦੀ ਵੀ ਹੋ ਸਕਦੀ ਹੈ। ਰੌਬ ਨੇ ਕਿਹਾ ਹੈ ਕਿ ਬੀਮਾ ਉਦਯੋਗ ਵਿੱਚ ਇਹ ਹੁੰਦਾ ਹੈ ਕਿ ਉਹ ਇਹ ਯਕੀਨੀ ਬਣਾਉਣ ਲਈ ਕਿ ਤੁਹਾਡੇ ਕੋਲ ਸਾਰੇ ਜ਼ਰੂਰੀ ਕੰਮ ਕਰਨ ਲਈ ਲੋੜੀਂਦੀ ਕਵਰੇਜ ਹੈ, ਅੰਦਰ ਜਾ ਕੇ ਸਾਰੀਆਂ ਲੋੜੀਂਦੀਆਂ ਸਫਾਈਆਂ ਕਰਨਗੀਆਂ। ਅੱਜ ਦੀਆਂ ਖਬਰਾਂ ਇੱਥੇ ਹੀ ਸਮਾਪਤ ਹੁੰਦੀਆਂ ਨੇ, ਫਿਰ ਹੋਵਾਂਗੇ ਹਾਜ਼ਰ ਨਵੇਂ ਅਪਡੇਟਸ ਦੇ ਨਾਲ। ਉਦੋਂ ਤੱਕ ਮੈਨੂੰ ਨਿਸ਼ੂ ਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।